ਫਾਊਂਡੇਸ਼ਨ ਵੱਲੋਂ 5,000 ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼। ਅੱਜ ਡਾਕਟਰ ਮੰਗਲ ਸਿੰਘ ਕ੍ਰਿਸ਼ਨਪੁਰੀ, ਡਾਇਰੈਕਟਰ ਸੇਟ ਸੋਲਜਰ ਗਰੁੱਪ ਆਫ ਸਕੂਲਸ ਪੰਜਾਬ, ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ ਘੱਟ ਰਹੇ ਪਾਣੀ ਦੇ ਪੱਧਰ ਦੇ ਸਕੰਟ ਤੋਂ ਬਾਹਰ ਕੱਢਣ ਲਈ ਕ੍ਰਿਸ਼ਨਪੁਰੀ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਮੰਗਲ ਸਿੰਘ ਕ੍ਰਿਸ਼ਨਪੁਰੀ ਪਿਛਲੇ 3 ਸਾਲਾਂ ਤੋਂ ਸਰਗਰਮ ਹਨ। ਉਹ ਹਰ ਸਾਲ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਦੇ ਸਹਿਯੋਗ ਨਾਲ ਉਹਨਾਂ ਦੇ 2022-23 ਵਿੱਚ 8,000 ਬੂਟੇ, 2023-24 ਵਿੱਚ 5,000 ਬੂਟੇ ਲਗਾਏ ਵਿੱਚ ਕਾਮਯਾਬ ਹੋਏ। ਇਹ ਬੂਟੇ ਬੱਚਿਆਂ ਦੇ ਪ੍ਰੋਜੈਕਟ ਵਿੱਚ ਸ਼ਾਮਿਲ ਕਰਕੇ ਇਹਨਾਂ ਦੀ ਦੇਖਭਾਲ ਨੂੰ ਵੀ ਲਾਜ਼ਮੀ ਕੀਤਾ ਗਿਆ। ਉਹਨਾਂ ਨੇ ਸ਼ਹੀਦ ਊਧਮ ਸਿੰਘ ਬਗੀਚੀ ਵੀ ਲਗਾਈ ਹੈ। ਅੱਜ ਕ੍ਰਿਸ਼ਨਪੁਰੀ ਫਾਊਂਡੇਸ਼ਨ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਨੇ ਸੈਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ 5,000 ਬੂਟੇ ਲਗਾਉਣ ਦਾ ਆਗਾਜ਼ ਕੀਤਾ। ਜੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਬਹੁਤ ਚੰਗੀ ਜਿਹੜੀ ਉਪਰਾਲਾ ਹੈ ਉਹ ਕਿ ਇੱਕ ਵਾਤਾਵਰਣ ਨੂੰ ਬਚਾਉਣ ਵਾਸਤੇ ਜਿਹੜਾ ਅਸੀਂ ਉਪਰਾਲਾ ਕਰ ਰਹੇ ਹਾਂ ਉਹ ਹਰ ਸਾਲ ਅਸੀਂ ਕਰਦੇ ਹਾਂ, 3 ਸਾਲਾਂ ਤੋਂ ਲਗਾਤਾਰ ਕਰ ਰਹੇ ਹਾਂ। ਅਹਿਸਾਸ ਫਾਊਂਡੇਸ਼ਨ ਜਿਹੜੀ ਕਿ ਸਰਦਾਰ ਮੰਗਲ ਸਿੰਘ ਜੀ ਹੋਣਾ ਵੱਲੋਂ ਸ਼ੁਰੂ ਕੀਤੀ ਗਈ ਇੱਕ ਫਾਊਂਡੇਸ਼ਨ ਹੈ ਜਿਹਦੇ ਵਿੱਚ ਇੱਕ ਸੋਸ਼ਲ ਜਿਹੜੇ ਵਰਕਆਊਟ ਕੀਤੇ ਜਾਂਦੇ ਇਹਦੇ ਅੰਡਰ ਹੀ ਅਸੀਂ ਇਹ ਅੱਜ ਪਲਾਂਟੇਸ਼ਨ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਊਧਮ ਸਿੰਘ ਬਗੀਚੀ ਵਿੱਚ ਖੜ੍ਹੇ ਹੋ, ਲਾਸਟ ਈਅਰ ਵੀ ਅਸੀਂ ਕਾਫੀ ਪਲਾਂਟਸ ਲਗਾਏ ਸੀ, ਹੁਣ ਇਸ ਸਾਲ ਵੀ ਅਸੀਂ ਕਾਫੀ ਪਲਾਂਟਸ ਲਗਾ ਰਹੇ ਹਾਂ। ਸੇਮ ਐਜ਼ ਅਸੀਂ ਰਸਤਿਆਂ ਵਿੱਚ ਪਲਾਂਟਸ ਲਾਵਾਂਗੇ, ਬੱਚਿਆਂ ਨੂੰ ਜਿਹੜੇ ਸਾਡੇ ਸਕੂਲ ਬੱਚੇ ਪੜ੍ਹਦੇ ਉਹਨਾਂ ਨੂੰ ਪਲਾਂਟਸ ਦੇਵਾਂਗੇ ਤਾਂ ਕਿ ਉਹ ਵੀ ਆਪਣੇ ਘਰ ਆਪਣੇ ਆਸੇ ਪਾਸੇ ਜਿਹੜੇ ਪਲਾਂਟਸ ਲਗਾਉਣ ਔਰ ਵਾਤਾਵਰਨ ਨੂੰ ਸ਼ੁੱਧ ਕਰਨ। ਵਾਤਾਵਰਨ ਨੂੰ ਸ਼ੁੱਧ ਕਰਨ ਤੇ ਕਾਫੀ ਪਲਾਂਟ ਲੱਗ ਰਹੇ ਆ, ਪਰ ਗਰਮੀ ਔਰ ਟੈਂਪਰੇਚਰ ਜਿੰਨਾ ਵੱਧ ਗਿਆ ਵਾ ਇੰਨਾ ਵਧਣਾ ਨਹੀਂ ਚਾਹੀਦਾ। ਕੀ ਗੱਲ ਗੱਲ ਇਸ ਤਰ੍ਹਾਂ ਹੈ ਕਿ ਦੇਖੋ 2-4 ਬੰਦਿਆਂ ਦੇ ਕੋਈ ਇੱਕ ਇੱਕ ਜਿਹੜੀ ਫਾਊਂਡੇਸ਼ਨ ਉਹ ਸ਼ੁਰੂ ਕਰ ਲੇਗੀ। ਇਹ ਸਾਨੂੰ ਹਰ ਇੱਕ ਬੰਦਾ ਘੱਟ ਤੋਂ ਘੱਟ ਜੇ ਇੱਕ ਦਰਖਤ ਲਗਾਵੇ ਤੇ ਤਾਂ ਹੀ ਇਹ ਵਾਤਾਵਰਨ ਬਚ ਸਕਦਾ, ਕਿਉਂਕਿ 133 ਕਰੋੜ ਦੀ ਜਨਸੰਖਿਆ, ਜੇ ਉਹ ਇੱਕ ਇੱਕ ਦਰਖਤ ਲਾਏਗਾ ਤਾਂ ਨੈਚੁਰਲੀ ਸਾਡਾ ਜਿਹੜਾ ਵਾ ਵਾਤਾਵਰਨ ਉਹ ਸ਼ੁੱਧ ਹੋਏਗਾ। ਜੇ ਅਸੀਂ ਸੋਚੀਏ ਕਿ ਉਹਨੇ ਲਗਾ ਦਿੱਤਾ ਹੈ ਕਿ ਮੈਂ ਨਹੀਂ ਲਗਾਉਣਾ, ਪਰ ਇਸ ਤਰ੍ਹਾਂ ਨਹੀਂ ਹੋਏਗਾ। ਇਸ ਲਈ ਸਾਨੂੰ ਸਭ ਨੂੰ ਪਹਿਲ ਕਦਮੀ ਤੇ ਆ ਕੇ ਇਹ ਉਪਰਾਲਾ ਕਰਨਾ ਚਾਹੀਦਾ। ਸਮਰੀਨਾ ਜੀ ਕਿਸ ਤਰ੍ਹਾਂ ਕਿੰਨੇ ਬੂਟੇ ਲੈ ਕੇ ਜਾ ਰਹੇ ਘਰ? ਅੱਜ ਐਟਲੀਸਟ 3-4 ਬੂਟੇ ਤੇ ਲੈ ਕੇ ਜਾਵਾਂਗੇ ਤੇ, ਕਿਉਂਕਿ ਸਾਡੇ ਜਿਹੜੇ MD ਸਰ ਨੇ ਸਰਦਾਰ ਮੰਗਲ ਸਿੰਘ ਕ੍ਰਿਸ਼ਨਪੁਰੀ ਜੀ, ਉਹਨਾਂ ਦੇ ਵੱਲੋਂ ਬਹੁਤ ਹੀ ਵਧੀਆ ਇੱਕ ਇਹ ਸਕੀਮ ਚਾਲੂ ਕੀਤੀ ਗਈ ਹੈ, ਜਿੱਦਾਂ ਕਿ ਬੂਟੇ ਲਾਉਣੇ ਹਰ ਘਰ ਵਿੱਚ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਇਹ ਚੀਜ਼। ਜਿੱਦਾਂ ਆਪਾਂ ਵੇਖਦੇ ਹਾਂ ਕਿ ਪੰਜਾਬ ਦਾ ਟੈਂਪਰੇਚਰ ਦਿਨੋਂ ਦਿਨ ਵੱਧਦਾ ਜਾਣ ਡਿਆ ਹੈ ਅਤੇ ਇੰਨੀਆਂ ਹੀਟ ਵੇਵਸ ਆਉਣ ਡਈਆਂ ਨੇ ਪੂਰੇ ਇੰਡੀਆ ਦੇ ਵਿੱਚ ਵੀ, ਅਤੇ ਉਹ ਚੀਜ਼ ਨੂੰ ਬੈਲੈਂਸ ਕਰਨ ਲਈ ਹੁਣ ਆਪਾਂ ਨੂੰ ਬੂਟੇ ਲਾਉਣੇ ਹੀ ਪੈਣੇ ਨੇ। ਅਤੇ ਇਹ ਜਿਹੜੀ ਇਹ ਸਕੀਮ ਹੈ MD ਸਰ ਵੱਲੋਂ ਪਿਛਲੇ 2-3 ਸਾਲਾਂ ਤੋਂ ਚਲਾਈ ਜਾਣ ਡਈ ਹੈ ਅਤੇ ਹਰ ਸਾਲ ਬੱਚੇ ਜਿਹੜੇ ਬਹੁਤ ਸਾਰੇ ਬੂਟੇ ਲੈ ਕੇ ਜਾਂਦੇ ਆਪਣੇ ਘਰਾਂ ਦੇ ਵਿੱਚ ਲਾਉਣ ਲਈ, ਅਤੇ ਅਸੀਂ ਵੀ ਇੰਦਾ ਬੂਟੇ ਲਾਏ ਨੇ ਅਤੇ ਉਹ ਬੂਟੇ ਹੁਣ ਉਹਨਾਂ ਨੂੰ ਪਾਣੀ ਦੇਣਾ ਪੈਂਦਾ, ਰੋਜ਼ ਅਸੀਂ ਦਿੰਦੇ ਹਾਂ, ਉਹਨਾਂ ਦਾ ਧਿਆਨ ਰੱਖਦੇ ਹਾਂ। ਉਹ ਐਡੇ ਵੱਡੇ ਵੱਡੇ ਹੋ ਚੁੱਕੇ ਆ ਹੁਣ ਬੂਟੇ ਪਿਛਲੇ 2 ਸਾਲਾਂ ਤੋਂ ਲਗਾਏ ਹੋਏ, ਅਤੇ ਹਰ ਸਾਲ MD ਸਰ ਵੱਲੋਂ ਇਹ ਜਿਹੜਾ ਬੂਟੇ ਲਗਾਉਣ ਦੀ ਜਿਹੜੀ ਮੁਹਿੰਮ ਹੈ ਚਲਾਈ ਜਾਂਦੀ ਹੈ ਅਤੇ ਅਸੀਂ ਵੀ ਇਹਦੇ ਵਿੱਚ ਹਿੱਸਾ ਲੈਂਦੇ ਹਾਂ। ਅਤੇ ਅਸੀਂ ਇਹੋ ਸੋਚਦੇ ਹਾਂ ਕਿ ਹਰ ਇੱਕ ਇਨਸਾਨ ਨੂੰ ਐਟਲੀਸਟ 7-7 ਬੂਟੇ ਲਾਉਣੇ ਚਾਹੀਦੇ ਆ ਤਾਂ ਕਿ ਪੰਜਾਬ ਦਾ ਟੈਂਪਰੇਚਰ ਜਿਹੜਾ ਫਿਰ ਤੋਂ ਬੈਲੈਂਸ ਕੀਤਾ ਜਾਵੇ ਅਤੇ ਇੱਕ ਵਧੀਆ ਲਾਈਫ ਜੀ ਜਾਵੇ।
ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ, ਕਿਉਂਕਿ ਹੁਣ ਆਪਾਂ ਪੰਜਾਬ ਦੇ ਜੇ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਵਾਟਰ ਲੈਵਲ ਉਹ ਵੀ ਬਹੁਤ ਥੱਲੇ ਜਾ ਚੁੱਕਿਆ, ਅਤੇ ਜੇ ਆਪਾਂ ਰੁੱਖ ਲਗਾਵਾਂਗੇ ਤਾਂ ਵਾਟਰ ਲੈਵਲ ਵੀ ਅਪ ਹੋਊਗਾ, ਅਤੇ ਇਹਦੇ ਨਾਲ ਕਿਸਾਨਾਂ ਨੂੰ ਵੀ ਮਦਦ ਮਿਲੇਗੀ, ਅਤੇ ਕਿਸਾਨਾਂ ਨੂੰ ਵੀ ਆਪਣੀ ਪੈਲੀ ਦੇ ਆਲੇ ਦੁਆਲੇ ਜਿਹੜੇ ਆ ਮਿਨੀਮਮ ਇੱਕ ਜਾਂ ਸੱਤ ਤੋਂ ਇਲਾਵਾ ਰੁੱਖ ਲਗਾਉਣੇ ਹੀ ਚਾਹੀਦੇ ਆ। ਜਿਵੇਂ ਅੱਜ ਵੀ ਅਸੀਂ MD ਸਰ ਸਾਨੂੰ ਰੁੱਖ ਦੇਣਗੇ, ਅਸੀਂ ਘਰ ਜਾ ਕੇ ਉਹਨਾਂ ਨੂੰ ਲਾਵਾਂਗੇ, ਅਤੇ ਜਿਹੜੇ ਪਿਛਲੇ 2-3 ਸਾਲਾਂ ਤੋਂ ਲਾਏ ਹੋਏ ਹਨ ਉਹ ਏਡੇ ਏਡੇ ਵੱਡੇ ਹੋ ਚੁੱਕੇ ਹਨ, ਅਤੇ ਸਾਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜੇ ਅਸੀਂ ਆਪਣੇ ਫਿਊਚਰ ਜਨਰੇਸ਼ਨ ਨੂੰ ਬਚਾਉਣਾ। ਥੈਂਕ ਯੂ। ਬੱਚੇ, ਸਟਾਫ, ਰੋਟਰੀ ਕਲੱਬ ਆਸਥਾ, ਮਿਊਂਸੀਪਲ ਕਮੇਟੀ ਦੇ ਬਲਵਿੰਦਰ ਕੁਮਾਰ ਜੀ ਔਰ ਫੋਰੈਸਟ ਅਫਸਰ ਸਾਡੇ ਕੋਲ ਇੱਥੇ ਪਹੁੰਚੇ ਹੈ ਔਰ ਡਿਪਾਰਟਮੈਂਟ ਸਾਡੇ ਕੋਲ ਪਹੁੰਚਿਆ ਹੈ ਔਰ ਸਾਡਾ ਜਿਹੜਾ ਟੀਚਾ ਹੈ ਕਿਸੇ ਫਰੀ ਫਾਊਂਡੇਸ਼ਨ ਦਾ ਔਰ ਸਾਰਿਆਂ ਦਾ ਉਹ 5000 ਬੂਟੇ ਲਾਉਣ ਦਾ ਹੈ। ਇਹ 5000 ਬੂਟੇ ਜਿਹੜੇ ਅਸੀਂ ਬੱਚਿਆਂ ਦੇ ਸਹਿਯੋਗ ਨਾਲ ਲਗਾਵਾਂਗੇ ਔਰ ਇਹ ਸਾਰੇ ਬੂਟੇ ਪਾਲਾਂਗੇ। ਸਰ, ਕਿੰਨੇ ਸਾਲ ਤੋਂ ਤੁਸੀਂ ਲਾ ਰਹੇ ਹੈਗੇ ਜੋ? ਅਸੀਂ 3 ਸਾਲ ਤੋਂ ਸਾਡੀ ਮੁਹਿੰਮ ਚੱਲ ਰਹੀ ਹੈ। ਪਹਿਲੇ ਸਾਲ ਅਸੀਂ 8000 ਬੂਟਾ ਲਗਾਇਆ ਸੀਗਾ, ਲਾਸਟ ਈਅਰ 5000 ਬੂਟਾ ਲਾਇਆ ਔਰ ਸਾਰੇ ਬੂਟੇ ਪਲੇ ਹੈ। ਇਸ ਸਾਲ ਫਿਰ ਅਸੀਂ 5000 ਬੂਟਾ ਲਾਉਂਦੇ ਹਾਂ। ਇਹ ਕੋਲ ਅਸੀਂ ਇੱਕ ਸ਼ਹੀਦ ਊਧਮ ਸਿੰਘ ਬਗੀਚੀ ਬਣਾਈ ਹੈ ਜਿਹੜੀ ਸਪੈਸ਼ਲ ਇਸੇ ਵਾਸਤੇ ਹੀ ਹੈ ਕਿ ਉੱਥੇ ਬੂਟੇ ਲਾ ਕੇ ਔਰ ਇਹ ਜਿਹੜਾ ਸ਼ਹਿਰ ਹੈ ਹਰਿਆ ਭਰਿਆ ਕੀਤਾ ਜਾਵੇ। ਤੁਸੀਂ ਸਕੂਲ ਦੇ ਬੱਚਿਆਂ ਨੂੰ ਇੱਕ ਪ੍ਰੋਜੈਕਟ ਦਿੱਤਾ ਹੈ ਹਰਿਆ ਭਰਿਆ ਪੰਜਾਬ, ਉਹਦੇ ਅਧੀਨ ਅਸੀਂ ਹਰ ਬੱਚੇ ਨੂੰ ਬੂਟੇ ਦਿੰਦੇ ਹਾਂ, ਕੋਈ 2-3 ਜਿੰਨੇ ਉਹ ਬੱਚੇ ਲਾ ਸਕਦੇ ਆ ਔਰ ਉਹ ਬੱਚਿਆਂ ਨੂੰ ਸ਼ਰਤੇ ਹੁੰਦੀ ਆ ਵੀ ਉਹ ਬੂਟੇ ਜਿੱਦਣ ਲਾਉਣੇ ਆ ਉਦੋਂ ਵੀਡੀਓ ਭੇਜਣਗੇ ਔਰ 6 ਮਹੀਨਿਆਂ ਬਾਅਦ ਵੀਡੀਓ ਭੇਜਣਗੇ ਔਰ ਸਾਲ ਬਾਅਦ ਵੀਡੀਓ ਭੇਜਣਗੇ। ਜਿਹੜਾ ਬੱਚਾ ਉਹ ਇਹ ਕੰਪਲੀਟ ਵੀਡੀਓ ਭੇਜੇਗਾ ਉਹਨੂੰ ਇਹ 10 ਨੰਬਰ ਜਿਹੜੇ ਆ ਉਹ ਐਕਸਟਰਾ ਮਾਰਕਸ ਦੇ ਐਡ ਕਰਦੇ ਹਾਂ ਔਰ ਵਧੀਆ ਬੂਟੇ ਪਾਣੀ ਸਨਮਾਨਿਤ ਕਰਦੇ ਹਾਂ। ਇਹਦੇ ਨਾਲ ਬੱਚਿਆਂ ਵਿੱਚ ਬੜਾ ਉਤਸ਼ਾਹ ਹੋਇਆ ਔਰ ਪਿਛਲੇ ਸਾਲ ਜਿੰਨੇ ਬੂਟੇ ਲੱਗੇ ਆ ਮੋਸਟਲੀ ਉਹ ਬੂਟੇ ਜਿਹੜੇ ਆ ਉਹ ਪਲੇ ਆ ਔਰ ਗਾਂ ਵੀ ਇਸ ਤਰ੍ਹਾਂ ਹੀ ਹੋਰ ਬੂਟੇ ਜਿਹੜੇ ਆ ਉਹ ਪਾਲਾਂਗੇ। ਹੁਣ ਤੱਕ ਜੀ ਅਸੀਂ ਜਿਉਂ ਦੀ ਮੁਹਿੰਮ ਸ਼ੁਰੂ ਕੀਤੀ ਹੈ ਜੀ ਆਪਣੇ ਗ੍ਰੀਨ ਐਕਸ਼ਨ ਪਲਾਂਟ ਦੀ, ਉਹ ਵੀ ਜੀ ਘੱਟੋ ਘੱਟ ਅਸੀਂ 3504 ਜਾਂ ਨੀਅਰ ਬੋਰਡ ਅਸੀਂ ਪੌਦੇ ਲਾ ਚੁੱਕੇ ਜੀ ਔਰ ਅਲੱਗ ਅਲੱਗ ਥਾਵਾਂ 'ਤੇ ਅਸੀਂ ਲਾ ਰਹੇ ਹਾਂ। ਅੱਜ ਜਿਵੇਂ ਸਰਦਾਰ ਸੈਂਟ ਸੋਲਡ ਬੋਰਡਿੰਗ ਸਕੂਲ ਸਰਦਾਰ ਮੰਗਲ ਸਿੰਘ ਜੀ ਦੇ ਉਪਰਾਲੇ ਸਦਕਾ ਅਤੇ ਸਾਨੂੰ ਬਹੁਤ ਵੱਡਾ ਇੱਕ ਉਦੋਂ ਮਿਲਿਆ ਜੀ ਅਤੇ ਕਾਫੀ ਜਿਹੜੇ ਪੌਦੇ ਲੱਗਣ ਜਾ ਰਹੇ ਜੀ ਅਤੇ ਸਾਡੇ ਨਾਲ DFO ਸਾਹਿਬ ਵੀ ਆਏ ਜੀ ਨਾਲ ਜੀ, ਤੋ ਸਾਨੂੰ ਇਹ ਇੱਕ ਬਹੁਤ ਵੱਡੀ ਸ਼ਕਤੀ ਮਿਲਦੀ ਹੈ ਜੀ ਅਤੇ ਇਹ ਸਾਡੇ ADC ਸਾਹਿਬ ਨਿਕਾਸ ਕੁਮਾਰ ਜੀ ਦੇ ਹੱਥ ਅਨੁਸਾਰ ਅਸੀਂ ਜਿਹੜੇ ਪੌਦੇ ਆ ਕੀ ਉਹ ਜਗਤਾਰ ਸਿੰਘ ਦੀ ਹਦਾਇਤ ਅਨੁਸਾਰ ਵੱਧ ਤੋਂ ਵੱਧ ਜੀ ਲਗਾ ਰਹੇ ਜੀ। ਟੀਚਾ ਕੀ ਹੈਗਾ ਸਰ? ਸਾਡਾ ਜੀ 15000 ਟੀਚਾ ਜੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਸਰਦਾਰ ਮੰਗਲ ਸਿੰਘ ਜੀ ਦਾ ਅਤੇ ਮੈਡਮ ਮਮਤਾ ਜੀ ਦਾ ਅਤੇ ਬਾਕੀ ਸਾਰੇ ਜੋ ਆਏ ਆ ਸਾਡੇ ਨਾਲ ਰੋਟਰੀ ਕਲੱਬ ਦੇ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਇੱਥੇ ਪਲਾਂਟੇਸ਼ਨ ਈਵੈਂਟ ਦੇ ਵਿੱਚ ਪਾਰਟ ਲੈਣ ਦਾ ਅਤੇ ਮੈਨੂੰ ਬੜਾ ਅੱਛਾ ਲੱਗਿਆ। ਸਕੂਲ ਦਾ ਵਿਜ਼ਿਟ ਕੀਤਾ, ਇਟਸ ਰੀਅਲੀ ਗੁੱਡ ਸਕੂਲ, ਬੜਾ ਵਧੀਆ ਗ੍ਰੀਨਰੀ ਇਹਨਾਂ ਨੇ ਮੇਨਟੇਨ ਕੀਤੀ ਹੈ ਐਂਡ ਇਹਨਾਂ ਦਾ ਇੱਕ ਜਿਹੜਾ ਇਨੀਸ਼ੀਏਟਿਵ ਹੈ ਕਿ ਸਟੂਡੈਂਟਸ ਨੂੰ ਇਨਵੋਲਵ ਕਰਕੇ ਉਹਨਾਂ ਨੂੰ ਪਲਾਂਟਸ ਦੇਣੇ, ਇੱਕ ਇੱਕ ਪਲਾਂਟ ਦੇਣਾ ਅਤੇ ਆਪਣੇ ਘਰ ਜਾ ਕੇ ਉੱਥੇ ਜਾ ਕੇ ਲਾਉਣਾ, ਉਹਦੀ ਦੇਖਭਾਲ ਕਰਨਾ, ਪੇਰੈਂਟਸ ਨੂੰ ਵੀ ਵਿੱਚ ਇਨਵੋਲਵ ਕਰਨਾ, ਬਿਕੋਜ਼ ਸਟੂਡੈਂਟਸ ਹੀ ਨੇ ਜਿਹੜੇ ਅੱਗੇ ਆਪਣੇ ਆਉਣ ਵਾਲੀ ਜਨਰੇਸ਼ਨ ਨੇ ਅਤੇ ਉਹਨਾਂ ਨੂੰ ਜੇ ਸ਼ੁਰੂ ਤੋਂ ਹੀ ਆਪਾਂ ਇੱਕ ਨੇਚਰ ਦੇ ਨਾਲ ਜੋੜੀਏ ਅਤੇ ਉਹ ਫਿਰ ਜ਼ਿੰਦਗੀ ਭਰ ਜੁੜੇ ਰਹਿੰਦੇ ਨੇ। ਬਿਕੋਜ਼ ਇਹ ਨੀਡ ਆਫ ਦੀ ਆਰ ਹੈ ਇਸ ਟਾਈਮ 'ਤੇ, ਜੋ ਹਾਲਾਤ ਹੈ ਆਪਣਾ ਇਨਵਾਇਰਮੈਂਟ ਦਾ, ਜੋ ਹਾਲਾਤ ਹੈ, ਅਤੇ ਇਹੀ ਜੋ ਯੰਗ ਚਿਲਡਰਨ ਨੇ ਜਿਹੜੇ ਅੱਗੇ ਜਾ ਕੇ ਉਸ ਚੀਜ਼ ਨੂੰ ਟੈਕਲ ਕਰ ਸਕਦੇ ਆ ਅਤੇ ਮੈਨੂੰ ਬੜਾ ਅੱਛਾ ਲੱਗਿਆ ਜਾ ਕੇ ਇੱਥੇ ਅਤੇ ਥੈਂਕ ਯੂ ਸੋ ਮੱਚ ਇਹਨਾਂ ਦਾ ਵੀ, ਕਿਉਂਕਿ ਸਾਡਾ ਟਾਰਗੇਟ ਕਾਫੀ ਜ਼ਿਆਦਾ ਅਤੇ ਇਹਨਾਂ ਦੇ ਸਹਿਯੋਗ ਨਾਲ ਹੀ NGOs ਜੋ ਅੱਛੇ ਕੰਮ ਕਰ ਰਹੇ ਹੈ, ਅਦਰ ਡਿਪਾਰਟਮੈਂਟਸ, ਉਹਨਾਂ ਦੇ ਥਰੂ ਹੀ ਆਪਾਂ ਵੀ ਏਬਲ ਟੂ ਅਚੀਵ ਆ ਟਾਰਗੇਟ ਜੋ ਇਸ ਸਾਲ ਦਾ ਹੈਗਾ। ਸਰ, ਕਿੰਨੇ ਅੱਜ ਲਾਏ ਜੀ ਰੁੱਖ?
ਅੱਜ ਆਪਾਂ ਲਾਉਣ ਜਾ ਰਹੇ ਹਾਂ ਜੀ ਇਹਨਾਂ ਦਾ, ਇਹਨਾਂ ਨੂੰ ਟਾਰਗੇਟ ਹੈ 5000 ਪਲਾਂਟਸ ਦਾ ਹੈ, ਐਸ ਫਾਰ ਐਸ ਆਈ ਰਿਮੈਂਬਰ 5000 ਪਲਾਂਟਸ ਦਾ ਹੈ ਕਿ ਇਹ ਸਟੂਡੈਂਟਸ ਨੂੰ ਇਨਵੋਲਵ ਕਰਕੇ ਉਹ 5000 ਪੌਦੇ ਲੱਗਣਗੇ ਗਰਾਊਂਡ 'ਤੇ ਐਂਡ ਉਹਨੇ ਸਰਵਾਈਵਲ ਵੀ ਇਨਸ਼ੋਰ ਕਰਨਗੇ। ਨਹੀਂ ਦੇਖੋ ਡਿਵੈਲਪਮੈਂਟ ਵੀ ਆਪਾਂ ਰੋਕ ਨਹੀਂ ਸਕਦੇ ਹੈ ਨਾ, ਇਹ ਇੱਕ ਕੰਸੈਪਟ ਹੁੰਦਾ ਸਸਟੇਨ।